ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬੇਸ਼ਕ ਹਿਦਮਤ ਪ੍ਰੋਗਰਾਮ ਖੇਡ ਮੈਦਾਨ ਬੋਲਦਾ ਹੈ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਅਨੁਸ਼ਾਸਨ ਡਿਸਪਲਨ ਕਿਉਂਕਿ ਅਸੀਂ ਦੇਖਦੇ ਹਾਂ ਸਾਡੀ ਕੁਦਰਤ ਡਿਸਪਲਨ ਦੇ ਵਿੱਚ ਹੈ ਹਰ ਕੰਮ ਟਾਈਮ ਤੇ ਹੁੰਦਾ ਹੈ ਟਾਈਮ ਤੇ ਸੂਰਜ ਦਾ ਆਣਾ ਟਾਈਮ ਤੇ ਸੂਰਜ ਦਾ ਛੁਪਣਾ ਟਾਈਮ ਤੇ ਮੌਸਮ ਬਦਲਨੇ ਹਰ ਚੀਜ਼ ਹੰਦੀ ਹੇ ਅਨੁਸ਼ਾਸਨ ਤੇ ਅਨੁਸ਼ਾਸਨ ਇਨਸਾਨ ਸਿੱਖ ਸਕਦਾ ਹੈ ਸਪੋਰਟਸ ਵਿੱਚੋਂ ਸਪੋਰਟਸ ਦੇ ਮੈਦਾਨ ਦੇ ਵਿੱਚ ਜਾ ਕੇ ਅੱਜ ਅਸੀਂ ਅਨੁਸ਼ਾਸਨ ਦੀ ਗੱਲ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਕਿ ਸਾਡੇ ਜੀਵਨ ਦੇ ਵਿੱਚ ਸਪੋਰਟਸ ਦਾ ਕੀ ਮਹੱਤਵ ਹੈ ਤੇ ਅਸੀਂ ਵਕੁ ਵਕ ਗੇਮਸ ਬਾਰੇ ਵੀ ਗੱਲ ਕਰਾਂਗੇ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪ੍ਰੋਫੈਸਰ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਡੀਏਵੀ ਕਾਲਜ ਦੇ ਵਿੱਚ ਸਪੋਰਟਸ ਦੇ ਫੀਲਡ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ 4 ਸਾਲ ਰੰਜੀ ਟਰਾਫੀ ਖੇਡਦੇ ਰਹੇ ਨੇ 14 ਸਾਲ ਜੁਆਇੰਟ ਸੈਕਟਰੀ ਰਹੇ ਨੇ ਪੰਜਾਬ ক্রিকেট ਐਸੋਸੀਏਸ਼ਨ ਦੇ ਤੇ 12 ਸਾਲ ਸਿਲੇਕਸ਼ਨ ਕਮੇਟੀ ਦੇ ਮੈਂਬਰ ਰਹੇ ਨੇ ਜੋ ਕ੍ਰਿਕਟਸ ਵਾਸਤੇ ਸਿਲੇਕਟ ਕਰਦੇ ਸੀ ਸਪੋਰਟਸਮੈਨ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਇਸ ਸ਼ੋਅ ਦੇ ਵਿੱਚ ਬਹੁਤ-ਬਹੁਤ ਮਿਹਰਬਾਨੀ ਜੀ ਸ਼ੁਕਰੀਆ ਤੁਹਾਡਾ ਸਪੋਰਟਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ ਡਿਸਪਲਿਨ ਦੀ ਗੱਲ ਕਰਦੇ ਹਾਂ ਸਪੋਰਟਸ ਹਰ ਬੰਦੇ ਵਾਸਤੇ ਕਿੰਨੀ ਜ਼ਰੂਰੀ ਹੈ ਹਰ ਬੰਦੇ ਨੂੰ ਸਪੋਰਟਸਮੈਨ ਹੋਣਾ ਚਾਹੀਦਾ ਹੈ ਦੇਖੋ ਜੀ ਸਿਆਣਿਆਂ ਦਾ ਕਹਿਣਾ ਹੈ ਕਿ ਜੇ ਲੱਕੜੀ ਨੂੰ ਕੱਟਦੀਏ ਤੇ ਖੂਬਸੂਰਤ ਫਰਨੀਚਰ ਤਿਆਰ ਕੀਤਾ ਜਾ ਸਕਦਾ ਤੇ ਜੇ ਮਿੱਟੀ ਨੂੰ ਕੱਟਦੀਏ ਤੇ ਖੂਬਸੂਰਤ ਸੁਰਾਈ ਤਿਆਰ ਕੀਤੀ ਜਾ ਸਕਦੀ ਹੈ ਤੇ ਜੇ ਇਨਸਾਨ ਨੂੰ ਕੱਟਦੀਏ ਤੇ ਨਰੋਇਆ ਸਮਾਜ ਸਿਰਜਿਆ ਜਾ ਸਕਦਾ ਜੀ ਤੋਂ ਨਰੋਇਆ ਸਮਾਜ ਸਿਰਜਣ ਦੇ ਵਿੱਚ ਖੇਡਾਂ ਦਾ ਬੜਾ ਵੱਡਾ ਹੱਥ ਹੈ ਸਿਆਣਿਆਂ ਦਾ ਕਹਿਣਾ ਹੈ ਕਿ ਜੇ ਤੁਸੀਂ ਹਸਪਤਾਲ ਖਾਲੀ ਕਰਨਾ ਚਾਹੁੰਦੇ ਹੋ ਤੋ ਖੇਡਾਂ ਦੇ ਮੈਦਾਨ ਪਰਦੇਓ ਵਾਹ ਵਾਹ ਤੋ ਇਸ ਕਰਕੇ ਖੇਡਾਂ ਜਿਹੜੀਆਂ ਨੇ ਇਹਨਾਂ ਦਾ ਬਹੁਤ ਹੀ ਮਹੱਤਵ ਹੈ ਮੈਂ ਦੇਖੋ ਐਕਚੁਅਲੀ 87 ਸਾਲ ਦਾ ਜੀ ਔਰ 87 ਸਾਲ ਦੇ ਵਿੱਚ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਮਤਲਬ ਪ੍ਰੋਬਲਮ ਨਹੀਂ ਗਈ ਫਿਜ਼ੀਕਲੀ ਮੈਂਟਲੀ ਔਰ ਇਸ ਦਾ ਕਾਰਨ ਇਹ ਵੱਡਾ ਕਾਰਨ ਇਹ ਹੋਈ ਹੈ ਕਿ ਮੈਂ ਜਦੋਂ ਦਾ ਮੈਂ ਪੜਦਾ ਰਿਆ ਔਰ ਪੜਨ ਤੋਂ ਬਾਅਦ ਮੈਂ ਜਿਸ ਨੂੰ ਸਰਵਿਸ ਆ ਮੈਂ ਖੇਡਾਂ ਦੇ ਮੈਦਾਨ 'ਚ ਹੀ ਰਿਹਾ ਅੱਜ ਤੱਕ ਵੀ ਮੈਂ ਖੇਡਾਂ ਦੇ ਮੈਦਾਨ ਨਾਲ ਹੀ ਜੁੜਿਆ ਹੋਇਆ ਜੀ 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 ਤੇ ਹੁਣ ਖੇਡਾਂ ਦੇ ਮੈਦਾਨ ਦੀ ਗੱਲ ਕਰੀਏ ਇਹਦਾ ਮਤਲਬ ਕਿ ਹਰੇਕ ਬੰਦੇ ਵਾਸਤੇ ਸਪੋਰਟਸ ਜ਼ਰੂਰੀ ਹੈ ਹਰੇਕ ਬੰਦੇ ਨੂੰ ਸਪੋਰਟਸਮੈਨ ਹੋਣਾ ਚਾਹੀਦਾ ਹੈ ਬਿਲਕੁਕੁਲ ਹਾਂ ਜੀ ਸੋ ਅਸੀਂ ਹੁਣ ਭਾਰਤ ਦੀ ਗੱਲ ਕਰਾਂਗੇ ਨਾਲ ਪੰਜਾਬ ਦੀ ਵੀ ਗੱਲ ਕਰਾਂਗੇ ਕਿ ਭਾਰਤ ਦੀ ਸਥਿਤੀ ਕੀ ਹੈ ਜਦੋਂ ਅਸੀਂ ਸਪੋਰਟਸ ਵੱਲ ਦੇਖਦੇ ਹਾਂ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਅੱਜ ਕੱਲ ਤੇ ਕੰਪੀਟੀਸ਼ਨ ਦਾ ਜ਼ਮਾਨਾ ਹੈ ਅਸੀਂ ਇੱਕ ਜਨਰਲ ਗੱਲ ਕਰੀਏ ਕਿਸੇ ਖਾਸ ਸਪੋਰਟਸ ਦੇ ਉੱਤੇ ਫੋਕਸ ਨਹੀਂ ਕਰਦੇ ਜਨਰਲ ਗੱਲ ਕਰੀਏ ਕਿ ਪੂਰਾ ਮਾਹੌਲ ਦੇਖਦੇ ਹੋਏ ਇੰਡੀਆ ਕਿੰਨਾ ਸਟਰੋਂਗ ਹੋਇਆ ਹੈ ਪੂਰੇ ਵਰਲਡ ਲੈਵਲ ਦੇ ਵਿੱਚ ਸਪੋਰਟਸ ਦੇ ਵਿੱਚ ਦੇਖੋ ਜੀ ਜਿੰਨਾ ਤੱਕ ਆਪਾਂ ਸਪੋਰਟਸ ਹਾਕੀ ਦੀ ਗੱਲ ਕਰੀਏ ਜੀ ਤੋਂ ਮੈਂ ਸਮਝਦਾ ਕਿ ਸਪੋਰਟਸ ਜਨਰਲ ਜਿਹੜੀ ਹੈ ਪੰਜਾਬ ਦਾ ਜਿਹੜਾ ਵਿਰਸਾ ਬੜਾ ਅਮੀਰ ਹੈ ਸਪੋਰਟਸ ਦੇ ਵਿੱਚ ਜੀ ਜੇ ਅਸੀਂ ਹਾਕੀ ਦੀ ਗੱਲ ਕਰੀਏ ਤੇ ਹਾਕੀ ਦੇ ਵਿੱਚ ਅਸੀਂ ਬਹੁਤ ਹੀ ਉੱਚ ਕੋਟੀ ਦੇ ਖਿਡਾਰੀ ਪੈਦਾ ਕੀਤੇ ਨੇ ਹਮ 올ਿਪੀਅਨ ਅਰਜਨਾਵਾਦੀ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਨੇ ਜੇ ਅਸੀਂ ਹਾਕੀ ਦਾ ਪਿਛੋਕੜ ਦੇਖੀਏ ਜੀ ਤੇ ਉਹਦੇ ਵਿੱਚ ਬਲਬੀਰ ਸਿੰਘ ਸੀਨੀਅਰ ਬਲਬੀਰ ਸਿੰਘ ਜੂਨੀਅਰ ਧਰਮ ਸਿੰਘ ਬਿਰਤੀਪਾਲ ਸਿੰਘ ਆਪਣਾ ਹਰੀਪਾਲ ਕੌਸ਼ਕ ਧਰਮ ਸਿੰਘ ਸੀਨੀਅਰ ਧਰਮ ਸਿੰਘ ਜੂਨੀਅਰ ਹਰਮੀ ਸਿੰਘ ਵਿਨੋਦ ਕੁਮਾਰ ਇਹ ਸਾਰੇ ਜਿਹੜੇ ਨੇ ਇਹ ਪੰਜਾਬ ਦੀ ਹੀ ਦੇਣ ਨੇ ਜਿਨ੍ਹਾਂ ਨੇ ਕਿ ਪੰਜਾਬ ਦਾ ਹੀ ਨਹੀਂ ਬਲਕਿ ਹਿੰਦੁਸਤਾਨ ਦਾ ਨਾਮ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ ਤੋਂ ਜੇ ਅਸੀਂ ਹਾਕੀ ਦੇ ਮੌਜੂਦਾ ਸਥਿਤੀ ਨੂੰ ਦੇਖੀਏ ਪੰਜਾਬ ਨੂੰ ਇਸ ਗੱਲ ਦਾ ਫਖਰ ਹੈ ਕਿ ਪੰਜਾਬ ਨੇ ਜਿਹੜੀ ਹੁਣ ਜਿਹੜਾ 올림픽 ਖੇਡਾਂ ਹੋਈਆਂ ਨੇ ਉਸ ਦੇ ਵਿੱਚ ਜਿਹੜੀ ਭਾਰਤ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਉਹਦੇ ਵਿੱਚ ਪੰਜਾਬ ਦਾ ਬੜਾ ਵੱਡਾ ਹੱਥ ਰਿਹਾ ਹੈ ਜਿਸ ਕਰਕੇ ਪੰਜਾਬ ਨੂੰ ਬੜਾ ਮਾਣ ਹੈ ਫਖਰ ਹੈ ਨਾਜ਼ ਹੈ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਤਕਰੀਬਨ 8-9 ਖਿਡਾਰੀ ਜਿਹੜੇ ਸਨ ਉਹ ਹਿੰਦੁਸਤਾਨ ਦੀ ਟੀਮ ਦੇ ਵਿੱਚ ਸਨ ਔਰ ਖਾਸ ਕਰਕੇ ਜਲੰਧਰ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਹੈ ਕਿ ਜਲੰਧਰ ਦੇ ਖਾਸ ਕਰਕੇ ਉਸ ਟੀਮ ਦੇ ਵਿੱਚ ਹਿੰਦੁਸਤਾਨ ਦੀ ਟੀਮ ਦੇ ਵਿੱਚ 7 ਖਿਡਾਰੀ ਜਿਹੜੇ ਸੀ ਉਹ ਹਿੰਦੁਸਤ ਜਲੰਧਰ ਦੇ ਪੈਦਾ ਕੀਤੇ ਹੋਏ ਖਿਡਾਰੀ ਸਨ ਸਾਡੀ ਨੈਸ਼ਨਲ ਗੇਮ ਹੈ ਹਾਕੀ ਸੋ ਇਹਦੇ ਵਿੱਚ ਅਸੀਂ ਕਾਫੀ ਤਰੱਕੀ ਕਰ ਰਹੇ ਹਾਂ ਦੇ ਨਾਲ ਦੀ ਨਾਲ ਅਸੀਂ ক্রিকেট ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਹਾਕੀ ਦੀ ਆਪਾਂ ਗੱਲ ਕੀਤੀ ਹੈ ਕਿਉਂਕਿ ক্রিকেট ਸਾਡੇ ਦੇਸ਼ ਦੇ ਵਿੱਚ ਇੱਕ ਰਿਲੀਜੀਅਨ ਬਣ ਚੁੱਕਾ ਹੈ ਹਰੇਕ ਇਨਸਾਨ ক্রিকেট ਖੇਡ ਰਿਹਾ ਹੈ ਛੋਟੇ ਛੋਟੇ ਬੱਚੇ ਗਲੀਆਂ 'ਚ ক্রিকেট ਖੇਡ ਰਹੇ ਨੇ ਸੋ ਹੁਣ ਵੀ T20 ਚੱਲ ਰਿਹਾ ਹੈ ਵਰਲਡ ਕੱਪ ਸੋ ক্রিকেট ਦਾ ਜੇ ਅਸੀਂ ਦੇਖੀਏ ਮਾਹੌਲ ਹਾਕੀ ਤੋਂ ਕਿੰਨਾ ਕੁ ਵੱਖਰਾ ਹੋ ਜਾਂਦਾ ਹੈ ਜਿੱਥੋਂ ਤੱਕ ক্রিকেট ਦਾ تعلق ਹੈ ਮੈਂ ਸਮਝਦਾ ਕਿ ক্রিকেট ਨੇ ਬਹੁਤ ਭਾਰਤ ਜਿਹੜਾ ਹੈ ਬਹੁਤ ਅੱਛਾ ক্রিকেট ਦੇ ਮੈਦਾਨ ਦੇ ਵਿੱਚ ਅੱਛਾ ਹੈ ਹਰ ਪੱਖ ਤੋਂ ਹੀ ਅੱਛਾ ਹੈ ਉਹਨਾਂ ਦੇ ਅੰਡਰ 19 ਤੋਂ ਲੈ ਕੇ ਕਿਉਂਕਿ ਹਿੰਦੁਸਤਾਨ ਦੀ ਜਿਹੜੀ ਡੋਮੈਸਟਿਕ ক্রিকেট ਹੈ ਹਾਂਜੀ ਹਿੰਦੁਸਤਾਨ ਦੀ ਜਿਹੜੀ ਡੋਮੈਸਟਿਕ ਕ੍ਰਿਕਟ ਆ ਉਹ ਬਹੁਤ ਸਿਸਟੇਮੈਟਿਕਲੀ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਜਿਹੜਾ ਉਹ ਚਲਾ ਰਿਆ ਹੈ ਜੀ ਜੀ ਤੁਸੀਂ ਦੇਖੋ ਕਿ 16 ਸਾਲ ਤੋਂ ਘੱਟ ਉਮਰ ਦੇ 19 ਸਾਲ ਤੋਂ ਘੱਟ ਉਮਰ ਦੇ ਹਾਂਜੀ 25 ਪਹਿਲੇ 22 ਫਿਰ ਉਹਨਾਂ ਨੇ 23 ਕੀਤਾ ਹੁਣ 25 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਔਰ ਫਿਰ ਸੀਨੀਅਰ ਚਾਰ ਏਜ ਗਰੁੱਪ ਜਿਹੜੇ ਨੇ ਹਾਂਜੀ ਉਹ ਇਹਨਾਂ ਦੇ ਡੋਮੈਸਟਿਕ ਜਿਹੜੀ ਕੰਪੀਟੀਸ਼ਨ ਨੇ ਉਹ ਹੁੰਦੇ ਨੇ ਡਿਸਟ੍ਰਿਕਟ ਤੋਂ ਲੈ ਕੇ ਸਟੇਟ ਤੋਂ ਲੈ ਕੇ ਤੇ ਇੰਡੀਆ ਤੋਂ ਲੈ ਕੇ ਇਹ ਸਾਰੇ ਕੰਪੀਟੀਸ਼ਨ ਜਿਹੜੇ ਹੁੰਦੇ ਨੇ ਪਹਿਲੇ ਡਿਸਟ੍ਰਿਕਟ ਦੀ ਟੀਮ ਬਣਦੀ ਏ ਫਿਰ ਪੰਜਾਬ ਦੀ ਟੀਮ ਬਣਦੀ ਏ ਮਤਲਬ ਸਟੇਟ ਦੀ ਟੀਮ ਬਣਦੀ ਏ ਫਿਰ ਇੰਟਰ ਸਟੇਟ ਦੇ ਕੰਪੀਟੀਸ਼ਨ ਹੁੰਦੇ ਨੇ ਹਰ ਏਜ ਗਰੁੱਪ ਤੇ ਔਰ ਉਸ ਤੋਂ ਬਾਅਦ ਫਿਰ ਜਿਹੜੇ ਨੇ ਉਹ ਕੰਪੀਟੀਸ਼ਨ ਉਹ ਉਸ ਤੋਂ ਬਾਅਦ ਹਿੰਦੁਸਤਾਨ ਦੀ ਜਿਹੜੀ ਟੀਮ ਹੈ ਉਹ ਚੁਣੀ ਜਾਂਦੀ ਏ ਹਾਰੇਜ ਗਰੁੱਪ ਦੇ ਵਿੱਚ ਤੋਂ ਇਹਦੇ ਵਿੱਚ ਜਿਹੜਾ ਬੋਰਡ ਹੈ ਉਹ ਪੈਸਾ ਬਹੁਤ ਖਰਚ ਕਰ ਰਿਹਾ ਹੈ ਕਿਉਂਕਿ ਬੋਰਡ ਕੋਲ ਪੈਸਾ ਵੀ ਬਹੁਤ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਅੰਡਰ 19 ਏਜ ਗਰੁੱਪ ਦੇ ਕੰਪੀਟੀਸ਼ਨ ਹੋ ਰਹੇ ਨੇ ਹੁਣ ਚੈਲੈਂਜਰ ਟਰੋਫੀ ਜਿੰਨੂੰ ਕੋ ਕਹਿੰਦੇ ਆ ਸੀ ਪਹਿਲੇ ਸਟੇਟ ਦੇ ਟੂਰਨਾਮੈਂਟ ਹੋਏ ਉਸ ਤੋਂ ਬਾਅਦ ਇੰਟਰ ਸਟੇਟ ਦੇ ਟੂਰਨਾਮੈਂਟ ਹੋਏ ਔਰ ਉਹਨਾਂ ਜੋ ਟੀਮ ਚੁਣ ਕੇ ਚੈਲੈਂਜਰ ਕਾਪੂਰ ਹੈ ਔਰ ਉਹਦੇ ਵਿੱਚ ਦੇਖੋ ਖਰਚਾ ਦੇਖੋ ਤੁਸੀਂ ਜਿਹੜੇ 20 ਮੁੰਡੇ 15 ਮੁੰਡੇ ਜਾਂਦੇ ਨੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ 5 ਸਟਾਰ ਹੋਟਲ ਦੇ ਵਿੱਚ ਠਹਿਰਨ ਦੀ ਕਮਿਊਨਿਟੇਸ਼ਨ ਮਿਲਦੀ ਹੈ ਔਰ 5 ਦਿਨ ਪਹਿਲੇ ਆ ਲੌਕਡਾਊਨ ਕਰਕੇ 5 ਦਿਨ ਉਹਨਾਂ ਨੂੰ ਕੰਪੀਟੀਸ਼ਨ ਤੋਂ ਪਹਿਲੇ ਵੱਖ-ਵੱਖ ਇੱਕ-ਇੱਕ ਮੁੰਡੇ ਨੂੰ ਇੱਕ-ਇੱਕ ਕਮਰੇ ਦੇ ਵਿੱਚ ਵੱਖ-ਵੱਖ ਰੱਖਿਆ ਜਾਂਦਾ ਜੀ ਔਰ ਉਹਦਾ 5 ਸਟਾਰ ਹੋਟਲ ਦਾ ਤੁਸੀਂ ਖਰਚਾ ਅੰਦਾਜ਼ਾ ਲਾ ਲਓ ਕਿ ਇੱਕ ਮੁੰਡੇ ਉੱਤੇ ਕਿੰਨਾ ਖਰਚਾ ਕਰਦੀ ਏ ক্রিকেট ਕੰਟਰੋਲ ਬੋਰਡ ਆਫ ਇੰਡੀਆ ਔਰ ਉਸ ਤੋਂ ਬਾਅਦ ਫਿਰ ਜਦੋਂ ਕੰਪੀਟੀਸ਼ਨ ਹੁੰਦਾ ਫਿਰ ਉਹਨਾਂ ਦਾ ਜਿਹੜਾ ਉਹ ਖਰਚਾ ਬਾਇਰ ਇਥੋਂ ਜਾਣਾ ਫਿਰ ਉਹਨਾਂ ਦੀਆਂ ਡੇਲੀਆਂ ਜਿਹੜੀਆਂ ਨੇ ਫਿਰ ਉਹਨਾਂ ਦਾ ਉਥੋਂ ਦਾ ਰਹਿਣ-ਛੈਨ ਦਾ ਖਾਣ-ਪੀਣ ਦਾ ਜਿਹੜਾ ਖਰਚਾ ਹੈ ਉਹ ਸਾਰਾ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਕਰ ਰਹੀ ਹੈ। ਤੋਂ ਇਸ ਤਰ੍ਹਾਂ ਨਾਲ ਕ੍ਰਿਕਟ ਦਾ ਜਿਹੜਾ ਸਾਡਾ ਪੈ ਬਹੁਤ ਅੱਛਾ ਬਾਕੀ ਗੇਮਾਂ ਦੇ ਨਾਲੋਂ। ਜੀ ਜੀ ਜੀ। ਔਰ ਇਹਦੇ ਵਿੱਚ ਪੈਸਾ ਵੀ ਕਾਫੀ ਇਨਵੋਲਡ ਹੈ ਬਾਕੀ ਗੇਮਾਂ ਨਾਲੋਂ। ਬਹੁਤ ਜ਼ਿਆਦਾ। ਬਹੁਤ ਪੈਸਾ ਹੈ। ਹਰ ਚੀਜ਼ ਫਾਈਨਾਂਸ ਨਾਲ ਬੱਧੀ ਹੈ। ਜੇ ਪੈਸਾ ਹੈ ਤੇ ਇਹਨਾਂ 5 ਸਟਾਰ ਹੋਟਲ ਦੇ ਵਿੱਚ ਅਫੋਰਡ ਕਰ ਸਕਦਾ। ਮੈਨੂੰ ਯਾਦ ਹੈ ਕਿ ਮੈਂ ਇੱਥੇ ਹਿੰਦੁਸਤਾਨ ਦੀ ਹਾਕੀ ਦੀ ਟੀਮ ਦਾ ਕੈਂਪ ਲੱਗਾ ਸੀ ਪੀਏਪ ਜਲੰਧਰ ਦੇ ਵਿੱਚ ਅਸ਼ਨੀ ਕੁਮਾਰ ਜੀ ਆਈਜੀ ਸਨ ਉਸਲੇ ਜੀ ਇੰਡੀਆ ਦੇ ਇੰਡੀਅਨ ਹਾਕੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨ ਉਹਨਾਂ ਨੇ ਇੱਥੇ ਇੰਡੀਆ ਦੀ ਟੀਮ ਇੱਥੇ ਕੈਂਪ ਲਾਇਆ ਸੀ ਪ੍ਰੈਕਟਿਸ ਵਾਸਤੇ ਔਰ ਜਿਹੜੀਆਂ ਪੀਏਪ ਦੀਆਂ ਬੈਰਕਾਂ ਨੇ ਉਹਦੇ ਵਿੱਚ ਇੰਡੀਆ ਦੀ ਟੀਮ ਇੱਕ 8 ਜਿਹੜੇ ਮੰਜੇ ਨੇ ਇੱਧਰ ਲੱਗੇ ਨੇ 8 ਮੰਜੇ ਇੱਧਰ ਲੱਗੇ ਨੇ ਔਰ ਉੱਥੇ ਉਹ ਇੰਡੀਆ ਦੀ ਟੀਮ ਉੱਥੇ ਉਹਨਾਂ ਨੂੰ ਠਹਿਰਨ ਦੀ ਜਗ੍ਹਾ ਦਿੱਤੀ ਗਈ ਸੀ ਔਰ ਇੱਕ ਬਾਥਰੂਮ ਸੀ ਇੱਕ ਲੈਟਰਨ ਬਾਥਰੂਮ ਸੀ ਜਿੱਥੇ ਸਾਰੇ ਜਾਂਦੇ ਸੀ ਮੇਰਾ ਮਤਲਬ ਕਿ ਬਾਕ ਹਾਕੀ ਦੀ ਇੰਡੀਆ ਦਾ ਕੈਂਪ ਲਗਾਵੇ ਔਰ ਉਹ ਹਾਲਤ ਸੀਗੀ ਉਸ ਵੇਲੇ ਦੀ ਮੈਂ ਗੱਲ ਕਰ ਰਿਹਾ ਪੁਰਾਣੀ ਗੱਲ ਕਿ ਇਹ ਹਾਲਤ ਹਾਕੀ ਦੀ ਬਾਕੀ ਗੇਮਾਂ ਦੀ ਵੀ ਇਹੋ ਹਾਲਤ ਹੈ ਹੁਣ ਇੰਡੀਆ ਦੀ ਟੀਮ ਜਾਂ ਕੋਈ ਵੀ ਗੇਮ ਵਾਲੀਬਾਲ ਲੈ ਲੋ ਹਾਕੀ ਲੈ ਲਓ ਫੁੱਟਬਾਲ ਲੈ ਲਓ ਰੈਸਲਿੰਗ ਲੈ ਲਓ ਇਹਨਾਂ ਨੇ ਜਦੋਂ ਜਾਣਾ ਇਹਨਾਂ ਨੇ ਇਹਨਾਂ ਕੋਲ ਫੈਡਰੇਸ਼ਨਾਂ ਕੋਲ ਇੰਨਾ ਪੈਸਾ ਨਹੀਂ ਜਿਹੜਾ ਕਿ ਬਾਈਅਰ ਦਾ ਖਰਚਾ ਬਰਦਾਸ਼ਤ ਕਰ ਸਕਣ ਵੱਤ ਤੋਂ ਵੱਧ ਫਾਈ ਫਰਸਟ ਕਲਾਸ ਦੇ ਵਿੱਚ ਬਾਈ ਟ੍ਰੇਨ ਪੇ ਜਨਗੇ ਅਗਰ ਕਿਸੇ ਨੇ ਬਾਹਰ ਸਟੇਟ ਦੇ ਵਿੱਚ ਕੰਪੀਟੀਸ਼ਨ ਲੜਨ ਲਈ ਜਾਣਾ ਤਾਂ ਇਸ ਕਰਕੇ ਕਿਉਂਕਿ ਪੈਸਾ ਇਸ ਕਰਕੇ ਆਇਆ ਕਿਉਂਕਿ ਇਹਨਾਂ ਨੇ ਮਾਰਕੀਟਿੰਗ ਬਹੁਤ ਕੀਤੀ ਕ੍ਰਿਕਟ ਨੂੰ ਮਾਰਕੀਟਿੰਗ ਬਹੁਤ ਕੀਤਾ ਜਿਸ ਕਰਕੇ ਦੇਖੋ ਕਿੰਨਾ ਇਹਨਾਂ ਨੂੰ ਰੈਵਨਿਊ ਆ ਰਿਹਾ ਹੈ ਅਸੀਂ ਜੇ ਗੱਲ ਕਰੀਏ ਕਿਉਂਕਿ ਹਾਕੀ ਦੀ ਮੈਂ ਮੁਰਤੋਂ ਹਾਕੀ ਦੇ ਉੱਤੇ ਹੀ ਆਵਾਂਗਾ ਨੈਸ਼ਨਲ ਗੇਮ ਹੈ ਸਾਡੀ ਪਰ ਉਹਦੇ 'ਚ ਇਹਨਾਂ ਪੈਸਾ ਕਿਉਂ ਨਹੀਂ ਲਗਾਇਆ ਜਾਂਦਾ ਕਿਉਂਕਿ ਇਨਵੈਸਟਰਸ ਕਿਉਂ ਨਹੀਂ ਹੈਗੇ ਕਿਉਂਕਿ ਮੈਂ ਇਨਵੈਸਟਮੈਂਟ ਹੀ ਕਹਾਂਗਾ ਕਿਉਂਕਿ ਹਾਕੀ ਦੇ ਵਿੱਚ ਜਦੋਂ ਅਸੀਂ 올림픽 ਦੇ ਵਿੱਚ ਜਾਂਦੇ ਹਾਂ ਸਭ ਤੋਂ ਜ਼ਿਆਦਾ 골ਡ ਮੈਡਲ ਅਸੀਂ ਹਾਕੀ ਦੀ ਗੇਮ ਵਿੱਚ ਜਿੱਤਦੇ ਹੋਏ ਨੇ 올림픽ਸ ਦੇ ਵਿੱਚ ਜਾ ਕੇ ਇੱਥੋਂ ਤੱਕ ਕਿ ਜਦੋਂ ਭਾਰਤ ਆਜ਼ਾਦ ਹੋਇਆ ਹੈ ਪਹਿਲੀ ਵਾਰ ਜਦੋਂ 올림픽ਸ ਗਏ ਆ ਅਸੀਂ ਬ੍ਰਿਟਿਸ਼ ਨੂੰ ਹਰਾਇਆ ਹੈ 올림픽ਸ ਦੇ ਵਿੱਚ ਉਦੋਂ ਧਿਆਨ ਚੰਦ ਜੀ ਵੀ ਪ੍ਰੋਫੈਸ਼ਨਲ ਹਾਕੀ ਤੋਂ ਰਿਟਾਇਰ ਹੋ ਚੁੱਕੇ ਸੀ ਪੰਜਾਬ ਦੇ ਤਰਲੋਚਨ ਸਿੰਘ ਬਾਵਾ ਫੁੱਲ ਬੈਕ ਸੀ ਜੀ ਜੀ ਲੰਬੇ ਉੱਚੇ ਕਾਦੇ ਉਹ ਧਿਆਨ ਚੰਦ ਉਹ ਪਹਿਲੇ ਜਿਹੜੀ 올림픽 ਜਿੱਤੇ ਆ ਉਹਦਾ ਪੰਜਾਬ ਦਾ ਮੈਂਬਰ ਜੀ ਜੀ ਤਰਲੋਚਨ ਸਿੰਘ ਬਾਵਾ ਔਰ ਉਸ ਵਕਤ ਬਹੁਤੇ ਪਲੇਅਰ ਪਾਕਿਸਤਾਨ ਜਾ ਚੁੱਕੇ ਸੀ ਜਿਹੜੇ ਐਕਸਪੀਰੀਅੰਸ ਸੀ ਟੀਮ ਬਿਲਕੁਲ ਟੁੱਟ ਚੁੱਕੀ ਸੀ ਨਵੀਂ ਟੀਮ ਬਣਾਈ ਔਰ ਉਸ ਹਾਲਤ ਵਿੱਚ ਵੀ ਅਸੀਂ 올림픽ਸ ਜਿੱਤ ਕੇ 골ਡ ਮੈਡਲ ਜਿੱਤ ਕੇ ਆਏ ਹਾਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਹਾਕੀ ਨੂੰ ਇੰਨਾ ਪਿੱਛੇ ਕਿਉਂ ਕਿਉਂਕਿ ਸਪਾਂਸਰਸ ਹੀ ਨਹੀਂ ਮਿਲਦੇ ਖਾਸ ਕਰਕੇ ਔਮਨ ਹਾਕੀ ਨੂੰ ਤਾਂ ਮਿਲਦਾ ਹੀ ਨਹੀਂ ਦੇਖੋ ਗੱਲ ਇਹ ਹੈ ਕਿ ਫੈਡਰੇਸ਼ਨਾਂ ਆਂਦੀਆਂ ਮੈਂ ਸਮਝਦਾ ਕਿ ਕਮਜ਼ੋਰੀਆਂ ਨੇ ਹੁਣ ਤੁਸੀਂ ਦੇਖੋ ਕਿ ਹਿੰਦੁਸਤਾਨ ਦੀ ਟੀਮ ਕਾਂਸੀ ਦਾ ਤਗਮਾ ਜਿੱਤ ਕੇ ਆਈ ਹੈ ਜੀ ਔਰ 8-9 ਖਿਡਾਰੀਆਂ ਨੇ ਹਿੰਦੁਸਤਾਨ ਹਿੰਦੁਸਤਾਨ ਦੀ ਟੀਮ ਚ ਪੰਜਾਬ ਦੇ ਨੇ ਜੀ ਜੀ ਔਰ ਇਹਨਾਂ ਨੂੰ ਕਦੀ ਤੁਸੀਂ ਕਦੀ ਸੁਣਿਆ ਹੋਕੀ ਦੀ ਫੈਡਰੇਸ਼ਨ ਨੇ ਕਿ ਜਿਹੜੀ ਸਾਡਾ ਗੁਆਂਢੀ ਦੇਸ਼ ਆ ਪਾਕਿਸਤਾਨ ਉਹਨਾਂ ਨੂੰ ਇੱਥੇ ਬੁਲਾ ਕੇ ਟੈਸਟ ਮੈਚ ਕਰਾਏ ਹੋਣ ਜਿਸ ਤਰ੍ਹਾਂ ਕ੍ਰਿਕਟ ਦੇ ਟੈਸਟ ਮੈਚ ਹੁੰਦੇ ਨੇ ਵਨ ਡੇ ਹੁੰਦੇ ਨੇ ਮੈਚੇਸ ਇਸ ਤਰ੍ਹਾਂ ਹਾਕੀ ਦੇ ਵੀ ਟੈਸਟ ਮੈਚ ਜਿਹੜੇ ਨੇ ਉਹ ਕਰਾਏ ਜਾ ਸਕਦੇ ਆ ਕ੍ਰਿਕਟ ਦਾ ਸਾਰੇ ਦਿਨ ਦੀ ਗੇਮ ਹੈ ਜੇ T20 ਵੀ ਲਲੋ 6 6 ਘੰਟੇ ਦੀ ਗੇਮ ਹੈ ਇਹ ਤਾਂ ਸਾਰੀ ਗੇਮ ਡੇਢ ਘੰਟੇ ਦੀ ਹੈ ਹਾਂਜੀ ਔਰ ਜੇ ਪਾਕਿਸਤਾਨ ਜਾਂ ਸਾਡੇ ਗੁਆਂਢੀ ਦੇਸ਼ ਨੇ ਆਪਣਾ ਜਾਪਾਨ ਹੈ ਹਾਂਜੀ ਕੋਰੀਆ ਹੌਕੀ ਦੇ ਵਿੱਚ ਅੱਛੀਆਂ ਟੀਮਾਂ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਟੈਸਟ ਮੈਚ ਕਰਵਾਏ ਜਾਣ ਔਰ ਜਦੋਂ ਤੁਸੀਂ ਬਾਹਰਲੀ ਟੀਮਾਂ ਨਾਲ ਇੱਥੇ ਖੇਲੋਗੇ ਆ ਕੇ ਔਰ ਤੁਹਾਨੂੰ ਸਪੌਂਸਰ ਜਿਹੜੇ ਨੇ ਉਹ ਆਪਣੇ ਆਪ ਮਿਲਣਗੇ ਹੂੰ ਜੀ 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 ਜਦ ਤੱਕ ਤੁਸੀਂ ਬਾਹਰ ਹੋ ਜਾਂ ਤੱਕ ਟੀਮਾਂ ਨਹੀਂ ਬੁਲਾ ਕੇ ਖੇਡਾਉਂਦੇ ਹੁਣ ਸਾਡਾ ਨਾਮ ਹੈ ਹਾਕੀ ਦੇ ਵਿੱਚ ਅਸੀਂ ਕਾਂਸੀ ਦਾ ਤਗਮਾ ਜਿੱਤ ਕੇ ਆਏ ਆ ਇਹਨਾਂ ਦਾ ਫਰਜ਼ ਬੰਦਾ ਹੈ ਗਵਰਨਮੈਂਟਾਂ ਦਾ ਫਰਜ਼ ਬੰਦਾ ਹੈ ਫੈਡਰੇਸ਼ਨ ਦਾ ਫਰਜ਼ ਬੰਦਾ ਹੈ ਕਿ ਇਹ ਬਾਹਰਲੀਆਂ ਟੀਮਾਂ ਜਿਹੜੀਆਂ ਕਿ ਕੋਰੀਆ ਹੈ ਜਾਪਾਨ ਹੈ ਜਾਂ ਹਾਲੈਂਡ ਹੈ ਜਰਮਨ ਹੈ ਉਹਨਾਂ ਦੀਆਂ ਟੀਮਾਂ ਨੂੰ ਇੱਥੇ ਬੁਲਾ ਕੇ ਦਿੱਲੀ ਹੋਇਆ ਕਲਕੱਤੇ ਹੋਇਆ ਜਿੱਥੇ ਹਾਕੀ ਦਾ ਸ਼ੌਕ ਹੈ ਪੰਜਾਬ ਹੋਇਆ ਇੱਥੇ ਉਹਨਾਂ ਦੇ ਟੈਸਟ ਮੈਚੇਜ਼ ਜਿਹੜੇ ਨੇ ਵਕਫ ਵਕਫ ਥਾਵਾਂ ਤੇ ਜਾਨ ਤਾਂ ਕਿ ਉਹਨਾਂ ਨੂੰ ਗੇਟ ਮਨੀ ਵੀ ਆਏਗੀ ਉਹਨਾਂ ਨੂੰ ਸਪான்ਸਰ ਵੀ ਮਿਲਣਗੇ ओरिजिनल ਕੇਨਾਂ ਦੀ ਜਿਹੜੀ ਜਿਹੜੀ ਕਿੱਟੀ ਆ ਉਹ ਵੀ ਮਜ਼ਬੂਤ ਹੋਏਗੀ ਫੈਡਰੇਸ਼ਨ ਦੀ ਜੀ ਜੀ ਤੇ ਜਿਹੜੀਆਂ ਬਾਕੀ ਗੇਮਸ ਨੇ ਜਿਸ ਨਾਲ ਰੈਸਲਿੰਗ ਹੋ ਗਈ ਇਹਦਾ ਵੀ ਇਹੀ ਹਾਲ ਹੈ ਬਿਲਕੁਲ ਇਹੀ ਹਾਲ ਹੈ ਜੇ ਆਪਣੇ ਬਲਬੂਤੇ ਤੋਂ ਦੇਖੋ ਕਿ ਰੈਸਲਿੰਗ ਦੀ ਜੇ ਆਪਾਂ ਗੱਲ ਕਰੀਏ ਤੇ ਰੈਸਲਿੰਗ ਦੇ ਵਿੱਚ ਇਸ ਸਾਲ ਜਿਹੜੀ ਨੈਸ਼ਨਲ ਹੋਈ ਹੈ ਉਹਦੇ ਵਿੱਚ ਸਾਡੇ 3 골ਡ ਮੈਡਲ ਆਏ ਸਾਡੇ ਪਲਵਰਾਣਾ ਦੇ 97 ਕਿਲੋ 'ਚ 82 ਕਿਲੋ 'ਚ 86 ਕਿਲੋ ਭਾਰ ਦੇ ਵਿੱਚ ਸਾਡੇ ਤਿੰਨ 골ਡ ਮੈਡਲ ਆਏ ਨੇ ਰੈਸਲਿੰਗ ਦੇ ਵਿੱਚ ਔਰ 10 ਦੋ ਮੁੰਡੇ ਸਾਡੇ ਗਏ ਨੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਰੈਸਲਿੰਗ ਵਰਲਡ ਚੈਂਪੀਅਨਸ਼ਿਪ ਜਿਹੜੀ ਹੋਈ ਹੈ ਸਾਡੇ ਦੋ ਮੁੰਡੇ ਜਿਹੜੇ ਨੇ ਉਹ ਗ੍ਰੀਕੋ ਰੋਮਨ ਦੇ ਵਿੱਚ ਉਹ ਦੋ ਮੁੰਡੇ ਵਰਡ ਵਰਡ ਜਿਹੜੀ ਚੈਂਪੀਅਨਸ਼ਿਪ ਉਹਦੇ ਵਿੱਚ ਉੱਥੇ ਉਹਨਾਂ ਨੇ ਆਪਣੀ ਪਰਫਾਰਮੈਂਸ ਦਿੱਤੀ ਹੈ ਪਰ ਸਵਾਲ ਇਹ ਹੈ ਕਿ ਜਿਹੜੇ ਇਹ ਜਿਹੜੀਆਂ ਇਹ ਜਿਹੜੇ ਮੁੰਡੇ ਨੇ ਜਾਂ ਅਕੈਡਮੀਆ ਨੇ ਇਹ ਜਾਂ ਐਸੋਸੀਏਸ਼ਨਾਂ ਨੇ ਇਹਨਾਂ ਨੂੰ ਗਵਰਨਮੈਂਟ ਵੱਲੋਂ ਜਾਂ ਹੋਰ ਕਿਸੇ ਵੱਲੋਂ ਕੋਈ ਸਪੋਰਟ ਨਹੀਂ ਇਹ ਆਪਣੇ ਬਲਬੂਤੇ ਦੇ ਮੈਨਾਂ ਇਹਨਾਂ ਇਹਨਾਂ ਦਾ ਸ਼ੁਕਰਗੁਜ਼ਾਰ ਗੁਜ਼ਾਰ ਹੋਣਾ ਚਾਹੀਦਾ ਪੰਜਾਬ ਨੂੰ ਫੈਡਰੇਸ਼ਨ ਨੂੰ ਔਰ ਸਰਕਾਰਾਂ ਨੂੰ ਕਿ ਜਿਹੜੇ ਆਪਣੇ ਬਲਬੂਤੇ ਤੇ ਇਹ ਟੀਮਾਂ ਭੇਜੀ ਜਾਂਦੇ ਨੇ ਦੇਖੋ ਕਿ ਹਰ ਏਜ ਜਿੱਦਾਂ ਰੈਸਲਿੰਗ ਦੀ ਤੁਸੀਂ ਗੱਲ ਕੀਤੀ ਹੈ ਰੈਸਲਿੰਗ ਦੇ ਵਿੱਚ ਵੀ ਚਾਰ ਏਜ ਗਰੁੱਪਾਂ ਦੇ ਕੰਪੀਟੀਸ਼ਨ ਵਕਫਕ ਏਜ ਗਰੁੱਪ ਦੇ ਪਹਿਲੇ ਡਿਸਟ੍ਰਿਕਟ ਲੈਵਲ ਤੇ ਫਿਰ ਸਟੇਟ ਲੈਵਲ ਤੇ ਫਿਰ ਇੰਟਰ ਸਟੇਟ ਲੈਵਲ ਤੇ ਫਿਰ ਉਹਦੀ ਇੰਡੀਆ ਦੀ ਟੀਮ ਬਣਦੀ ਹੈ ਔਰ ਇਹਨਾਂ ਨੂੰ ਇਹਨਾਂ ਜਿਹੜੇ ਮੁੰਡੇ ਹੁਣ ਪੰਜਾਬ ਚ ਸਿਲੈਕਟ ਹੋ ਗਏ ਜੀ ਉਹਨਾਂ ਦਾ ਕੈਂਪ ਵੀ ਲੱਗਣਾ ਹੈ ਔਰ ਜਿੱਥੇ ਕੈਂਪ ਲਾਉਣਾ ਉਥੇ ਖਰਚਾ ਵੀ ਹੋਣਾ ਫਿਰ ਇਹਨਾਂ ਨੂੰ ਜਿੱਥੇ ਕੰਪੀਟੀਸ਼ਨ ਇੰਟਰ ਸਟੇਟ ਟੂਰਨਾਮੈਂਟ ਹੋਣਾ ਉਥੇ ਜਾਣਾ ਉਥੇ ਦਾ ਖਰਚਾ ਵੀ ਇਹਨਾਂ ਨੇ ਬਰਦਾਸ਼ਤ ਕਰਨਾ ਔਰ ਇਹਨਾਂ ਨੂੰ ਤਾਂ ਨਾ ਤਾਂ ਗਵਰਨਮੈਂਟ ਵੱਲੋਂ ਕੋਈ سپورਟ ਹੈ ਫਾਈਨੈਂਸ਼ਲੀ ਨਾ ਕਿਸੇ ਹੋਰ ਪਾਸੇ ਇਹ ਆਪਣੇ ਅਸਰ ਸੁਖ ਨਾਲ ਪੈਸਾ ਇਕੱਠਾ ਕਰਕੇ ਤੇ ਟੀਮਾਂ ਭੇਜ ਦਿੰਦੇ ਨੇ ਔਰ ਉਹਨਾਂ ਨੂੰ ਸਾਧਨ ਹੈ ਨਹੀਂ ਕੋਈ ਮੁੰਡਿਆਂ ਨੂੰ ਰਹਿਣ ਦੇ ਤੁਸੀਂ ਜਿੱਦਾਂ ਹੁਣ ਕ੍ਰਿਕਟ ਦੇ ਮੁੰਡੇ 5 ਸਟਾਰ ਹੋਟਲ ਰਜਿਸਟਰ ਕਰਦੇ ਇਹ ਤਾਂ ਵਿਚਾਰੇ ਆਰਡਨਰੀ ਹੋਟਲ ਚ ਵੀ ਮਸਾ ਇਹਨਾਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਫਾਈਨੈਂਸ਼ਲੀ ਕਿਉਂਕਿ ਇਹਨੇ ਸਟਰੋਂਗ ਹੈ ਨਹੀਂ ਕਿਸੇ ਵਕਤ ਕਿਉਂਕਿ ਮੈਂ ਰੈਸਲਿੰਗ ਦੀ ਗੱਲ ਇਸ ਵਕਤ ਇਸ ਲਈ ਕਰ ਰਿਹਾ ਕਿਸੇ ਵਕਤ ਪੁਰਾਣੇ ਰਾਜਾ ਮਹਾਰਾਜਾ ਆਪਣੇ ਕੋਲ ਪਹਿਲਵਾਨ ਪਾਲਦੇ ਹੁੰਦੇ ਸੀ ਤੇ ਜਦੋਂ ਦੋ ਦੇਸ਼ਾਂ ਦਾ ਆਪਸ ਵਿੱਚ ਯੁੱਧ ਹੋਣ ਲੱਗਦਾ ਸੀ ਤਾਂ ਉਹ ਕਹਿੰਦੇ ਸੀ ਯੁੱਧ ਨਹੀਂ ਕਰਵਾਉਣਾ ਦੋਵੇਂ ਦੇਸ਼ਾਂ ਦੇ ਜਿਹੜੇ ਪਹਿਲਵਾਨ ਨੇ ਉਹਨਾਂ ਦੀ ਕੁਸ਼ਤੀ ਕਰਵਾ ਲੈਣੇ ਆ ਤੇ ਜਿਹੜਾ ਜਿੱਤ ਗਿਆ ਉਹ ਰਾਜਾ ਜਿੱਤ ਗਿਆ ਤੇ ਜਿਹੜਾ ਹਾਰ ਗਿਆ ਉਹ ਰਾਜਾ ਹਾਰ ਗਿਆ ਐਵੇਂ ਕਿਉਂ ਸੈਨਿਕ ਮਰਵਾਉਣੇ ਨੇ ਆਪਾਂ ਕੁਸ਼ਤੀ ਨਾਲ ਇਹ ਫੈਸਲਾ ਕਰ ਲੈਣੇ ਆ ਤੇ ਉਹਨਾਂ ਦੀ ਡਾਈਟ ਕਿੰਨੀ ਤਗੜੀ ਹੁੰਦੀ ਸੀ ਜਿਹੜੇ ਪਹਿਲਵਾਨ ਪਾਲਦੇ ਸੀ ਰਾਜਾ ਮਹਾਰਾਜਾ ਤੇ ਅੱਜ ਕੱਲ ਦੇ ਜਿਹੜੇ ਮੁੰਡੇ ਨੇ ਜੋ ਅਸੀਂ ਰੈਸਲਿੰਗ ਵਾਸਤੇ ਚੁਣਦੇ ਆ ਉਹਨਾਂ ਦੀ ਡਾਈਟ ਦਾ ਕੀ ਹਾਲ ਹੈ ਸਰ ਡਾਈਟ ਆਪਣੇ 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 ਤੌਰ ਤੇ ਖਾਂਦੇ ਨੇ ਮੁੰਡੇ ਕੋਈ ਕਿਸੇ ਵੱਲੋਂ ਕੋਈ ਡਾਈਟ ਤਾਂ ਦਿੱਤੀ ਨਹੀਂ ਜਾਂਦੀ ਜੋ ਕੁਝ ਵੀ ਦੁੱਧ ਹੈ ਕਿਹੋ ਹੈ ਮੱਕਣ ਹੈ ਬਦਾਮ ਹੈ ਸ਼ਗਾਈ ਰਗੜ ਗਿਆ ਵੀ ਆਪ ਹੀ ਖਾਂਦੇ ਨੇ ਕੋਈ ਕਿਸੇ ਵੱਲੋਂ ਕੋਈ ਸਪੋਰਟ ਨਹੀਂ ਕੀ ਜੀਵੇਂ ক্রিকেট ਦੇ ਵਿੱਚ ਐਵੇਂ ਨਹੀਂ ਕੋਲ ਦੇਖੋ ਕਿ ਦੇਖੋ ਤੁਸੀਂ ਨਾ ਜਾ ਲੋ ਕਿ ਆਇ ਤੋਂ ਪਿੱਛੇ ਚਲੇ ਜਾਓ ਜਦੋਂ ਕਿ ਉਦਮ ਸਿੰਘ ਧਰਮ ਸਿੰਘ ਜਾਂ ਹੋਰ ਵਾਲੀਬਾਲ ਦੇ ਤੁਸੀਂ ਗੱਲ ਕਰ ਲਓ ਵਾਲੀਬਾਲ ਦੇ ਵਿੱਚ ਨਿਰਪਜੀਤ ਸਿੰਘ ਭੇਦੀ ਅਰਜਨਾਵਾੜੀ ਬਲਵੰਤ ਸਿੰਘ ਬੱਲੂ ਅੰਮ ਆ ਨਲੀ ਦਾ ਇੰਦਰ ਸਿੰਘ ਵਗੈਰਾ ਇਹ ਬਹੁਤ ਅੱਛੇ ਵਾਲੀਬਾਲ ਦੇ ਇੰਡੀਆ ਦੇ ਸਤਗੁਰਦਿਆਲ ਇੱਕ ਧਾਰੀਵਾਲ ਛੋਟਾ ਜਿਹਾ ਕਸਬਾ ਹੈ ਉਹਨੇ 6-7 ਇੰਟਰਨੈਸ਼ਨਲ ਅਰਜਨਾ ਵਾਡੀ ਪੈਦਾ ਕੀਤੇ ਵਾਲੀਬਾਲ ਦੇ ਉਹ ਕਾਰਨ ਇਹ ਸੀ ਕਿ ਉਦੋਂ ਕਾਲਜਾਂ ਦੇ ਵਿੱਚ ਸਟੈਂਡਰਡ ਸੀ ਕਾਲਜਾਂ ਖਾਲਸਾ ਕਾਲਜ ਅੰਮ੍ਰਿਤਸਰ ਡੀਏਵੀ ਕਾਲਜ ਜਿਲੰਦਰ ਖਾਲਸਾ ਕਾਲਜ ਲਾਇਲਪੁਰ ਮਾਲਪੁਰ ਖਾਲਸਾ ਕਾਲਜ ਇਸ ਤਰ੍ਹਾਂ 5-6 ਜਿਹੜੇ ਕਾਲਜ ਸੀ ਉਹਨਾਂ ਦੀਆਂ ਟੀਮਾਂ ਹਰ ਹਰ ਗੇਮਾਂ ਦੇ ਵਿੱਚ ਬਹੁਤ ਅੱਛੀਆਂ ਹੋਇਆ ਕਰਦੇ ਸਨ ਔਰ ਉਹਨਾ ਉਹਨਾ ਮੁੰਡਿਆਂ ਨੂੰ ਪੰਜਾਬ ਪੁਲਿਸ ਬੀਐਸਐਫ ਰੇਲਵੇਜ਼ ਔਰ ਸਰਵਿਸਿਜ਼ ਔਰ ਇਹ ਸਾਰੇ ਡਿਪਾਰਟਮੈਂਟ ਜਿਹੜੇ ਸੀ ਜਿਹੜਾ ਚੰਗਾ ਮੁੰਡਾ ਹੁੰਦਾ ਸੀ ਆਪਣੇ ਮਹਿਕਮੇ ਦੇ ਵਿੱਚ ਉਹਨਾਂ ਨੂੰ ਭਰਤੀ ਕਰ ਲੈਂਦੇ ਸੀ ਔਰ ਮੈਂ ਮੈਨੂੰ ਮੈਰੇ ਮੈਨੂੰ ਯਾਦ ਹੈ ਕਿ ਕਾਲਜ ਦੇ ਵਿੱਚ ਪੜਦੇ ਪੜਦੇ ਮੁੰਡੇ ਜਿਹੜੇ ਨੇ ਉਹ ਇੰਡੀਆ ਖੇਡ ਗਏ ਔਰ ਇੰਡੀਆ ਖੇਡਣ ਦੇ ਨਾਲ ਹੀ ਉਹਨਾਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰ ਲਿਆ ਹੁਣ ਤੁਸੀਂ ਕਰਤਾਰ ਪਹਿਲਵਾਨ ਦੀ ਗੱਲ ਕਰੋ ਅਰਜਨਾਵਾਦੀ ਪਦਮਚਿਰੀ ਔਰ ਆਈਜੀ ਰਿਟਾਇਰ ਹੋਏ ਨੇ ਕਿਸ ਕਰਕੇ ਕਿਉਂਕਿ ਇਹਨਾਂ ਨੂੰ ਨੌਕਰੀ ਜਿਹੜੀ ਸੀ ਸਪੋਰਟਸ ਕੋਟੇ ਚੋਂ ਮਿਲੀ ਸੀ ਔਰ ਇਹਨਾਂ ਨੇ ਜਦੋਂ ਭਰਤੀ ਹੋਏ ਇਨਸਪੈਕਟਰ ਹੋਏ ਡੀਐਸਪੀ ਹੋਏ ਆਸਤਾ ਇਨਸਪੈਕਟਰ ਆਈਜੀ ਰਿਟਾਇਰ ਹੋਏ ਔਰ ਇਸੇ ਤਰ੍ਹਾਂ ਨਾਲ ਹੀ ਸਾਰੀਆਂ ਗੇਮਾਂ ਦੇ ਵਿੱਚ ਆ ਨਿਰਭਜੀਤ ਸਿੰਘ ਕਮਾਂਡਰ ਰਿਟਾਇਰ ਹੋਏ ਆਪਣਾ ਸੱਜਨ ਸਿੰਘ ਚੀਮਾ ਵਾਲੀ ਬਾਸਕਟਬਾਲ ਦੇ ਪਲੇਅਰ ਔਰ ਜਨਾਵਾਰਦੀ ਨੇ ਉਹ ਉਹ ਐਸਐਸਪੀ ਰਿਟਾਇਰ ਹੋਏ ਤੋ ਹੁਣ ਇਹਨਾਂ ਮਹਿਕਮਿਆਂ ਨੇ ਵੀ ਹੱਥ ਖਿੱਚ ਲਿਆ ਪਿੱਛੇ ਜਿਸ ਕਰਕੇ ਹੁਣ ਅੱਗੇ ਕਿਉਂਕਿ ਨੌਕਰੀ ਨਹੀਂ ਮਿਲਦੀ ਜਦ ਤੱਕ ਨੌਕਰੀ ਜਦ ਤੱਕ ਥਾਲੀ ਨਹੀਂ ਤਾਲੀ ਕੀ ਕਰੂ ਹੁਣ ਅਸੀਂ ਗੱਲ ਕਰੀਏ ਫੁੱਟਬਾਲ ਦੀ ਇੰਡੀਅਨ ਫੁੱਟਬਾਲ ਅਸੀਂ ਦੇਖਦੇ ਹਾਂ ਵਿਦੇਸ਼ਾਂ ਦੇ ਵਿੱਚ ਸੌਕਰ ਦਾ ਕਿੰਨਾ ਕ੍ਰੇਜ਼ ਹੈ ਕਿੰਨੇ ਫੰਡਸ ਨੇ ਉਹਨਾਂ ਦੇ ਕੋਲ ਤੇ ਸਾਡੇ ਇੰਡੀਆ ਦੇ ਖਿਡਾਰੀ ਵੀ ਘਟ ਨਹੀਂ ਹੈ ਕਿਸੇ ਤੋਂ ਆਪਣਾ ਟੈਲੈਂਟ ਹੈ ਉਹਨਾਂ ਕੋਲ ਫਿਰ ਵੀ ਫੁੱਟਬਾਲ ਦੀ ਕੀ ਸਥਿਤੀ ਹੈ ਭਾਰਤ ਦੇ ਵਿੱਚ ਫਿਰ ਸਾਨੂੰ ਪਛੋਕੜ ਜ ਜਾਣਾ ਪਏਗਾ ਪੰਜਾਬ ਦੇ ਪਛੋਕੜ ਜ ਕਿਉਂਕਿ ਪੰਜਾਬ ਨੇ ਫੁੱਟਬਾਲ ਦੇ ਵਿੱਚ ਬਹੁਤ ਉੱਚ ਕੋਟੀ ਦੇ ਖਿਡਾਰੀ ਪੈਦਾ ਕੀਤੇ ਨੇ ਜਰਨੈਲ ਸਿੰਘ ਹੋ ਗਿਆ ਇੰਦਰ ਸਿੰਘ ਹੋ ਗਿਆ ਆਪਣਾ BSF ਦੇ ਪੰਜਾਬ ਪੁਲਿਸ ਦੇ ਬਹੁਤ ਅੱਛੇ ਖਿਡਾਰੀ ਨੇ ਜਿਹੜੇ ਇੱਥੋਂ ਇੱਥੋਂ ਖੇਡ ਕੇ ਤੇ ਫਿਰ ਉਹ ਜਾ ਕੇ ਕਲਕੱਤਾ ਲੀਗ ਮੈਚ ਖੇលਦੇ ਰਹੇ ਕਿਉਂਕਿ ਕਲਕੱਤੇ ਕਲਕੱਤੇ ਫੁੱਟਬਾਲ ਦਾ ਬੜਾ ਸ਼ੌਕ ਹੈ ਫੁੱਟਬਾਲ ਦਾ ਘਰ ਹੈ ਔਰ ਉੱਥੇ ਉਹ ਲੀਗ ਜਾ ਕੇ ਖੇលਦੇ ਰਹੇ ਜਰਨੈਲ ਸਿੰਘ ਕਲਕੱਤੇ ਵੱਲੋਂ ਖੇਡ ਲਾ ਰਿਹਾ ਔਰ ਉਹਨੂੰ ਉੱਥੇ ਕਿਉਂਕਿ ਉੱਥੇ ਪੈਸਾ ਕਾਫੀ ਮਿਲਦਾ ਸੀ ਲੀਗ ਖੇលਿੰਦਾ ਜਿਸ ਕਰਕੇ ਪੰਜਾਬ ਛੱਡ ਕੇ ਉਹ ਉੱਥੇ ਚਲੇ ਗਿਆ ਉਹਨਾਂ ਨੇ ਉੱਥੇ ਅੱਛੀ ਉਹਨਾਂ ਨੇ ਫੁੱਟਬਾਲ ਖੇਲੀ ਹੈ ਔਰ ਪੰਜਾਬ ਨੇ ਮੇਰਾ ਖਿਆਲ ਹੈ ਕਿ ਦੋ ਵਾਰ ਉਹਨੂੰ ਨੈਸ਼ਨਲ ਜਿੱਤੀ ਹੈ ਇੱਕ ਮੈਚ ਜਿੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਜੀਡੀਸੀ ਉਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੇ ਵਿੱਚ ਕਰਾਈ ਗਈ ਸੀ ਦਵਾਰਕਾ ਦਾ ਸਹਿਗਲ ਜਿਹੜੇ ਲੀਡਰ ਲੀਡਰ ਫੈਕਟਰੀ ਜਿਹੜੀ ਉਹਦੇ ਮਾਲਕ ਸੀ ਉਹ ਪ੍ਰਧਾਨ ਸੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਔਰ ਉਹਨਾਂ ਨੇ ਡੀਏਵੀ ਕਾਲਜ ਜਿਲੰਦਰ ਦੀ ਗਰਾਊਂਡ ਦੇ ਵਿੱਚ ਕੈਂਪ ਲਾਇਆ ਸੀ ਜਰਨੈਲ ਸਿੰਘ ਉਦੋਂ ਕੋਚ ਸੀਗੇ ਤੇ ਉਹਨਾਂ ਨੇ ਕੈਂਪ ਜਿਹੜਾ ਲਾਇਆ ਸੀ ਮੁੰਡੇ ਉੱਥੇ ਰਹਿੰਦੇ ਸੀ ਉੱਥੇ ਉਹਨਾਂ ਦਾ ਖਾਣਾ ਸੀ ਕੈਂਪ ਲਾਇਆ ਸੀਗਾ ਉਹਨਾਂ ਨੇ ਸ਼ਾਮਿਆ ਨੇ ਵਾਰਕ ਰਹਿਣ ਦਾ ਵੀ ਤੇ ਖਾਣੇ ਦਾ ਵੀ ਉੱਥੇ ਹੀ ਗਰਾਊਂਡ ਜੀ ਪ੍ਰਬੰਧ ਸੀ ਔਰ ਉਹ ਜਿਹੜੀ ਚੈਂਪੀਅਨਸ਼ਿਪ ਐ ਨੈਸ਼ਨਲ ਚੈਂਪੀਅਨਸ਼ਿਪ ਉਹ ਜਿੱਤੀ ਐ ਉਸ ਤੋਂ ਬਾਅਦ ਇੱਕ ਦੋ ਚੈਂਪੀਅਨਸ਼ਿਪ ਜਦੋਂ ਜਿੱਤੀਆਂ ਨੇ ਔਰ ਉਹਦੇ ਵਿੱਚ ਪੰਜਾਬ ਨੇ ਆਊਟਸਟੈਂਡਿੰਗ ਪਰਫਾਰਮੈਂਸ ਦਿੱਤੀ ਐ ਜੀ ਜੀ ਉਹਦੇ ਵਿੱਚ ਸਾਡੇ ਜਿਹੜੇ ਪੰਜ ਫੁੱਟਬਾਲ ਦੇ ਪਲੇਅਰ ਨੇ ਹੁਣ ਇਸ ਵੇਲੇ ਜਿਹੜੀਆਂ ਨੇ 4 6 7 ਪੰਜਾਬ ਦੇ ਵਿੱਚ ਫੁੱਟਬਾਲ ਦੀਆਂ ਅਕੈਡਮੀ ਚੱਲ ਰਹੀਆਂ ਨੇ ਔਰ ਉਹ ਆਪਣੇ ਬਲਬੂਤੇ ਤੇ ਚੱਲ ਰਹੀਆਂ ਨੇ ਕੋਈ ਉਹਨਾਂ ਨੂੰ ਗਵਰਨਮੈਂਟ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਿਸ ਤਰ੍ਹਾਂ ਕਿ ਹੁਣ ਇਹ ਇੱਕ ਮਾਲਪੁਰ ਦੀ ਅਕੈਡਮੀ ਇਥੇ ਫਗਵਾੜਾ ਅਕੈडमी ਚੱਲ ਰਹੀ ਹੈ ਫੁੱਟਬਾਲ ਦੀ ਅੰਮ੍ਰਿਤਸਰ ਦੇ ਵਿੱਚ ਚੱਲ ਰਹੀ ਹੈ ਇੱਕ ਇਥੇ ਹੋਰ ਪਿੰਡ ਹੈ ਉਹ ਉਹਨਾਂ ਦੀ ਮਤਲਬ ਕੁੱਲ ਮਿਲਾ ਕੇ ਮਤਲਬ ਕਿ 6-7 ਅਕੈਡਮੀਆਂ ਫੁੱਟਬਾਲ ਦੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਬੇਸਿਕ ਫੰਡਾਮੈਂਟਲ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਪਰ ਮੇਰਾ ਮਤਲਬ ਇਹ ਹੈ ਕਿ ਦੇਖੋ ਹੁਣ ਗਵਰਨਮੈਂਟ ਜਿਹੜੀ ਪੰਜਾਬ ਗਵਰਨਮੈਂਟ ਹੈ ਪੰਜਾਬ ਦੇ ਕੋਲ ਟੈਲੈਂਟ ਦੀ ਕਮੀ ਨਹੀਂ ਗਈ ਪੰਜਾਬ ਦੇ ਕੋਲ ਹੈ ਲੇਕਿਨ ਇਹਨਾਂ ਨੂੰ ਲਾਈਨ ਅਪ ਕਰਨ ਦੀ ਲੋੜ ਹੈ ਹੁਣ ਸਰਾਰ ਪ੍ਰਗਟ ਸਿੰਘ ਜਿਹੜੇ ਕਿ ਐਜੂਕੇਸ਼ਨ ਮਿਨਿਸਟਰ ਨੇ ਪੰਜਾਬ ਦੇ ਔਰ ਸਪੋਰਟਸ ਮਿਨਿਸਟਰ ਨੇ ਇਹ ਆਪ ਖੇਲੇ ਨੇ ਇਹਨਾਂ ਨੂੰ ਪਤਾ ਹੈ ਕਿ ਸਪੋਰਟਸਮੈਨਾਂ ਕੀ ਦਿੱਕਤਾਂ ਆਪ ਚੱਲਦੇ ਰਹੇ ਨੇ ਕਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਔਰ ਇਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਇਸ ਪ੍ਰੋਬਲਮ ਜਿਹੜੀਆਂ ਇਹਨੇ ਫੇਸ ਕਰਦੇ ਰਹੇ ਨੇ ਕਿਉਣ ਵਾਲੇ ਜਿਹੜੇ ਸਾਡੇ ਖਿਡਾਰੀ ਨੇ ਸਾਡਾ ਫਿਊਚਰ ਹੈ ਉਹ ਨਾ ਫੇਸ ਕਰਨ ਇਹਨਾਂ ਨੂੰ ਚਾਹੀਦਾ ਕਿ ਸਪੋਰਟਸ ਆਸਤੇ ਦੇਖੋ ਸਪੋਰਟਸ ਪੌਸੀ ਹਰ ਗਵਰਨਮੈਂਟ ਬਣਾਉਂਦੀ ਹੈ ਜੀ ਜੀ ਲੇਕਿਨ ਉਹ ਕਾਗਜ਼ਾਂ ਚ ਹੈ ਇੰਪਲੀਮੈਂਟ ਫਿਜ਼ੀਕਲੀ ਇੰਪਲੀਮੈਂਟ ਨਹੀਂ ਹੁੰਦੀ ਤੋਂ ਇਹਨਾਂ ਨੂੰ ਚਾਹੀਦਾ ਹੈ ਕਿ ਸਪੋਰਟਸ ਜਿਹੜੀ ਇਹਨੂੰ ਚੁੱਕਣ ਲਈ ਉੱਪਰ ਚੁੱਕਣ ਲਈ ਇਹਦੇ ਵਾਸਤੇ ਜਿਹੜਾ ਬਜਟ ਹੈ ਉਹ ਮੈਕਸਿਮਮ ਅਲਾਟ ਕਰਨ ਕਿਉਂਕਿ ਪੈਸੇ ਨਾਲ ਹਰ ਚੀਜ਼ ਬੱਧੀ ਹੈ ਜਦ ਤੱਕ ਤੁਸੀਂ ਪੈਸਾ ਨਹੀਂ ਖਰਚ ਕਰੋਗੇ ਬਲੌਕ ਲੈਵਲ ਤੇ ਕਲਬਾਂ ਟੀਮਾਂ ਬਣਨੀਆਂ ਚਾਹੀਦੀਆਂ ਨੇ ਅਕੈਡਮੀਆ ਬਣਨੀਆਂ ਚਾਹੀਦੀਆਂ ਨੇ ਹਰ ਇੱਕ ਗਰੁੱਪ ਦੀਆਂ ਫਿਰ ਬਲੌਕ ਲੈਵਲ ਤੇ ਆਪਸ ਵਿੱਚ ਕੰਪੀਟੀਸ਼ਨ ਹੋਣੇ ਚਾਹੀਦੇ ਨੇ ਫਿਰ ਬਲੌਕ ਲੈਵਲ ਤੇ ਫਿਰ ਡਿਸਟ੍ਰਿਕਟ ਤੇ ਕੰਪੀਟੀਸ਼ਨ ਤਾਂ ਮੇਰਾ ਮੰਨ ਜਦੋਂ ਤੁਸੀਂ ਇਹਨਾਂ ਖਰਚਾ ਬਹੁਤਾ ਨਹੀਂ ਹੈਗਾ ਜੀ ਜੀ ਧਿਆਨ ਦੇਣ ਦੀ ਲੋੜ ਹੈ ਜੋ ਇਸ ਤਰ੍ਹਾਂ ਬਲੌਕ ਲੈਵਲ ਤੇ ਟੂਰਨਾਮੈਂਟ ਹੋਣਗੇ ਡਿਸਟ੍ਰਿਕਟ ਲੈਵਲ ਤੇ ਹੋਣਗੇ ਸਟੇਟ ਲੈਵਲ ਤੇ ਹੋਣਗੇ ਇਮ ਇਕ ਤਾਂ ਜਿਹੜੇ ਮੁੰਡੇ ਨਸ਼ਿਆਂ ਵੱਲ ਜਾ ਰਹੇ ਨੇ ਜਿਸ ਵਾਂਗਰ ਤੁਹਾਨੂੰ ਦੱਸਿਆ ਕਿ ਇਹ ਨਰੋਇਆ ਸਮਾਜ ਸਿਰਜਣ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਹੱਥ ਆ ਖੇਡਾਂ ਦਾ ਤੋ ਇਸ ਕਰਕੇ ਇਹ ਇਕ ਤਾਂ ਇਸ ਪਾਸੇ ਮੁੰਡੇ ਜਿਹੜੇ ਨੇ ਉਹ ਉਹਨਾਂ ਦਾ ਧਿਆਨ ਜਿਹੜਾ ਉਹ ਖੇਡਾਂ ਵੱਲ ਲੱਗੇਗਾ ਜਦੋਂ ਦੇਖੋ ਅਸੀਂ ਖੇਡਦੇ ਸੀ ਨਾ ਜਾਂ ਸਾਡੇ ਨਾਲ ਦੇ ਜਿਹੜੇ ਖੇਡਦੇ ਸੀ ਅਸੀਂ ਅਸੀਂ ਢੀਕਦੇ ਸੀ ਕਦੋਂ ਸ਼ਾਮ ਪਵੇ ਤੇ ਅਸੀਂ ਗਰਾਊਂਡ 'ਚ ਜਾਈਏ अच्छा ਸਾਡਾ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ ਜਾਂਦਾ ਸੋ ਇਸ ਕਰਕੇ ਇਹ ਗਵਰਨਮੈਂਟਾਂ ਨੂੰ ਵੀ ਚਾਹੀਦਾ ਐਸੋਸੀਏਸ਼ਨਾਂ ਨੂੰ ਵੀ ਚਾਹੀਦਾ ਰਲ ਮਿਲ ਕੇ ਜਦ ਤੱਕ ਇਹਨਾਂ ਦਾ ਕੋਆਰਡੀਨੇਸ਼ਨ ਨਹੀਂ ਹੋਏਗਾ ਤਦ ਤੱਕ ਸਪੋਰਟ ਜਿਹੜੀ ਹੈ ਹੋਰ ਉੱਪਰ ਜਾਣ ਦੇ ਚਾਂਸਸ ਬਹੁਤ ਨੇ ਜੇ ਧਿਆਨ ਦੇਣ ਇੱਕ ਚੀਜ਼ ਆਉਂਦੀ ਹੈ ਜਦੋਂ ਤੁਸੀਂ ਪੈਸੇ ਦੀ ਇਨਵੋਲਵਮੈਂਟ ਕਹਿੰਦੇ ਹੋ ਇੱਕ ਚੀਜ਼ ਆਉਂਦੀ ਹੈ ਕਿਉਂਕਿ ਇਹ ਤਾਂ ਸਾਰੀਆਂ ਆਪਾਂ ਲੀਗਲ ਗੱਲਾਂ ਕੀਤੀਆਂ ਨੇ ਜੋ ਹੋਣੀਆਂ ਚਾਹੀਦੀਆਂ ਨੇ ਗਵਰਨਮੈਂਟ ਵੱਲੋਂ ਹੋਣੀਆਂ ਚਾਹੀਦੀਆਂ ਨੇ ਵੱਖ-ਵੱਖ ਐਸੋਸੀਏਸ਼ਨਜ਼ ਵੱਲੋਂ ਹੋਣੀਆਂ ਚਾਹੀਦੀਆਂ ਨੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੇ ਜੋ ਉੱਚੇ ਘਰਾਣੇ ਨੇ ਅਮੀਰ ਘਰਾਣੇ ਨੇ ਕਾਰਪੋਰੇਟਸ ਨੇ ਉਹ ਵੀ ਕਿਸੇ ਗੇਮ ਨੂੰ ਐਡਾਪਟ ਕਰ ਲੈਂਦੇ ਨੇ ਜਿਵੇਂ ਸਹਾਰਾ ਨੇ ক্রিকেট ਨੂੰ ਐਡਾਪਟ ਕੀਤਾ ਹੋਇਆ ਹੈ ਇਸ ਤਰ੍ਹਾਂ ਗੇਮ ਨੂੰ ਐਡਾਪਟ ਕਰਦੇ ਨੇ ਉਹ ਵੀ ਕਾਫੀ ਅੱਛੇ ਚਾਂਸਸ ਬਣਦੇ ਨੇ ਗੇਮ ਕਾਫੀ ਤਰੱਕੀ ਕਰਦੀ ਪ੍ਰੋਗਰੈਸ ਕਰਦੀ ਖਿਡ ਦੇ ਹਾਂ ਖਬਰਾਂ ਦੇ ਵਿੱਚ ਵੀ ਅਖਬਾਰਾਂ ਵਿੱਚ ਪੜਦੇ ਹਾਂ ਔਰ ਚਰਚਾ ਵਿੱਚ ਵੀ ਰਹਿੰਦੀ ਹੈ ਕੁਝ ਇਲਲੀਗਲ ਪ੍ਰੈਕਟਿਸ ਵੀ ਹੁੰਦੀ ਹੈ ਜਿਸ ਤਰ੍ਹਾਂ ক্রিকেট ਦੇ ਨਾਲ ਜੁੜੀਆਂ ਹੋਈਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਉਹਦੇ ਵਿੱਚ ਬੁਕੀਜ਼ ਨੇ ਉਹਦੇ ਵਿੱਚ ਲੋਕਾਂ ਦਾ ਪੈਸਾ ਲੱਗਦਾ ਹੈ ਉਹਦੇ ਵਿੱਚ ਗੈਂਬਲਿੰਗ ਕੀਤੀ ਜਾਂਦੀ ਹੈ ਇਹ ਸਭ ਗੱਲਾਂ ਕਿੰਨੀ ਸੱਚਾਈ ਹੈ ਗੱਲ ਇਹ ਹੈ ਕਿ ਸ਼ੁਰੂ-ਸ਼ੁਰੂ 'ਚ ਇਹ ਜ਼ਰੂਰ ਸੀਗੀਆਂ ਜੀ ਜੀ ਲੇਕਿਨ ਹੁਣ ਇਸ ਵੇਲੇ ਨਹੀਂ ਨਜ਼ਰ ਆਉਂਦੀਆਂ ਪਹਿਲੇ ਪਹਿਲੇ ਸ਼ੁਰੂ ਸ਼ੁਰੂ ਦੇ ਵਿੱਚ ਹੋਈਆਂ ਇੱਕ ਦੋ ਚਾਂਸੇਸ ਹੋਏ ਵੀ ਨੇ ਫੜੇ ਵੀ ਗਏ ਨੇ ਲੇਕਿਨ ਹੁਣ ਇਹੋ ਜੀ ਕੋਈ ਗੱਲ ਨਹੀਂ ਗਈ ਕਿਉਂਕਿ ਬੋਰਡ ਜਿਹੜਾ ਹੈ ਨਾ ক্রিকেট ਕੰਟਰੋਲ ਬੋਰਡ ਆਫ ਇੰਡੀਆ ਬਹੁਤ ਸਖਤ ਹੈ ਇਸ ਮਾਮਲੇ ਹਮ ਹਮ ਆਈਸੀਸੀ ਜਿਹੜਾ ਬਹੁਤ ਸਖਤ ਹੈ ਇਸ ਮਾਮਲੇ ਦੇ ਜੀ 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 ਸੋ ਇਸ ਕਰਕੇ ਇਹਦੇ ਕੋਈ ਚਾਂਸ ਹੈ ਨਹੀਂਗੇ ਕੋ ਆਪਣੇ ਤੌਰ ਉਤੇ ਕੋਈ ਲਾਰਿਆ ਜਿਦਾ ਹੁਣ ਮੈਂ ਘਰ ਚ ਬੈਠਾ ਤੁਸੀਂ ਮੇਰੇ ਨਾਲ ਕਿਹਾ ਲਵੀ ਆਊਟ ਹੋ ਜੂਗਾ ਇਹਨੇ ਦਸਾਂ 10 ਰਨ ਨਹੀਂ ਬਣਾਉਣੇ ਤੁਸੀਂ ਕਹਿੰਦੇ ਨਹੀਂ ਇਹ 10 ਤੋਂ ਉੱਪਰ ਜੈ ਹੈਂ ਸ਼ਰਤ ਲਾਓ ਉਹ ਗੱਲ ਹੋ ਸਕਦੀ ਹੈ ਤੇ ਤੂੰ ਅੱਜ ਜਨਰਲ ਮੈਨੂੰ ਕੋਈ ਕਰਾਦੀ ਮੈਂ ਤੈਨੂੰ ਕਰਾ ਦਊਗਾ ਜੇ ਨਾ ਇਹੋ ਜਿਹੀਆਂ ਗੱਲਾਂ ਤੇ ਹੋ ਸਕਦੀਆਂ ਲੇਕਿਨ ਮੇਰਾ ਖਿਆਲ ਨਹੀਂ ਕਿ ਇਹੋ ਜਿਹੀ ਕੋਈ ਗੱਲ ਹੋਵੇ ਤਸਾਰੀ ਗੱਲ ਫਿਰ ਇੱਥੇ ਆਈ ਕਿ ਮਾਰਕੀਟਿੰਗ ਜਿਹੜੀ ਤੁਸੀਂ ਕਹਿਆ ਕਿ ਕ੍ਰਿਕਟ ਨੇ ਮਾਰਕੀਟਿੰਗ ਬਹੁਤ ਜ਼ਬਰਦਸਤ ਕੀਤੀ ਹੈ ਇਸ ਲਈ ਹਰੇਕ ਗੇਮ ਨੂੰ ਚਾਹੀਦਾ ਹੈ ਕਿ ਮਾਰਕੀਟਿੰਗ ਕਰਨ ਹਾਂ ਬਿਲਕੁਲ ਕਰਨ ਮਾਰਕੀਟਿੰਗ ਤਾਂ ਇਹ ਹੋਏਗੀ ਜੇ ਤੁਸੀਂ ਦੇਖੋ ਸਾਡਾ ਮੁਲਕ ਹੈ ਜਜ਼ਬਾਤੀ ਹਾਂਜੀ ਹੁਣ ਤੁਸੀਂ ਜੇ ਪਾਕਿਸਤਾਨ ਦੀ ਟੀਮ ਇੱਥੇ ਆਉਂਦੀ ਹੈ ਸਾਡੇ ਜਜ਼ਬਾਤ ਇੰਨੇ ਨਾਲ ਜੁੜੇ ਨੇ ਕਿ ਸਾਡੀ ਪੰਜਾਬ ਦੀ ਟੀਮ ਜਿੱਤਣੀ ਚਾਹੀਦੀ ਹੈ ਹਿੰਦ ਪਾਕਿਸਤਾਨ ਦੀ ਟੀਮ ਨਹੀਂ ਜਿੱਤਣੀ ਚਾਹੀਦੀ ਉਹ ਜਦੋਂ ਇਹ ਕ੍ਰੇਜ਼ ਜਦੋਂ ਆਦਮੀ ਜੀ ਕ੍ਰੀਏਟ ਹੋ ਜਾਏਗਾ ਲੋਕੀ ਟੁੱਟ ਟੁੱਟ ਕੇ ਪੈਣਗੇ ਗੇਮ ਵੱਲ ਭਜਣਗੇ ਔਰ ਜਦੋਂ ਗੇਮ ਜਦੋਂ ਲੋਕੀ ਜਾਣਗੇ ਤੇ ਜਿਹੜੇ ਆਪਣਾ ਕਾਰਪੋਰੇਟ ਨੇ ਜਾਂ ਹੋਰ ਨੇ ਉਹ ਅੱਗੇ ਆਉਣਗੇ ਇਹਨੂੰ ਆਪਣਾ ਫਾਈਨਾਂਸ ਕਰਨਗੇ ਫਾਈਨਾਂਸ ਕਰਨ ਵਾਸਤੇ ਜੀ ਜੀ ਇਹ ਪੰਜਾਬ ক্রিকেট ਨੇ ਕਿਉਂ ਇਹ ਨਾ ਪੈਸਾ ਕਿੱਥੋਂ ਆ ਗਿਆ ਇਹਨਾਂ ਕੋ ਇਹਨਾਂ ਨੇ ਇਹ ਟਿਕਟ ਨਾਲ ਤੇ ਇਹਨਾਂ ਪੈਸਾ ਇਕੱਠਾ ਨਹੀਂ ਹੁੰਦਾ ਹਾਂਜੀ ਆ ਕਰੋੜਾਂ ਅਰਬਾਂ ਪਈਆਂ ਦੀ ਜਿਹੜੀ ਬੋਲੀ ਹੁੰਦੀ ਹੈ ਇਹਨਾਂ ਦੇ ਟੀਵੀ ਰਾਈਟਸ ਦੇ ਉੱਪਰ ਹੈ ਹਾਂਜੀ ਹਾਂਜੀ ਤੋਂ ਇਹ ਪੈਸਾ ਜਿਹੜਾ ਹੈ ਮੇਰਾ خیال ਹੈ ਕਿ ਐਸ ਲਈ ਜਿਹੜਾ ক্রিকেট ਕੰਟਰੋਲ ਬੋਰਡ ਆਫ ਇੰਡੀਆ ਨਾ ਵਰਲਡ ਚ ਸਭ ਤੋਂ ਅਮੀਰ ਜੀ 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 ਔਰ ਵਰਡ ਤੋਂ ਸਭ ਤੋਂ ਅਮੀਰ ਹੈ ਔਰ ਪੈਸਾ ਵੀ ਬਹੁਤ ਖਰਚ ਕਰਿਆ ਕਰਿਕਟਰਾਂ ਦੇ ਉੱਪਰ ਹਮ ਹੁਣ ਤੁਸੀਂ ਮੈਂ ਤੁਹਾਨੂੰ ਦੱਸਿਆ ਨਾ ਕਿ ਅੰਡਰ 19 ਦੀ ਟੀਮ ਹੁਣ ਤੁਸੀਂ ਦੱਸੋ ਕਿ ਫਾਈਵ ਸਟਾਰ ਹੋਟਲ ਜਠੇਰਨ ਤੋਂ ਇਲਾਵਾ ਇਹਨਾਂ ਨੂੰ 20000 ਰੁਪਿਆ ਡੇਲੀ ਮਿਲਦੀ ਏ ਇੱਕ ਮੁੰਡੇ ਨੂੰ ਜੀ ਹਾਂਜੀ ਬਾਕੀ ਬਾਈਅਰ ਦਾ ਖਰਚਾ ਜਾਂ ਹੋਰ ਗਰਾਊਂਡ ਜਾਣ ਦਾ ਖਰਚਾ ਲੰਚ ਦਾ ਖਰਚਾ ਉਹ ਵੱਖਰਾ ਫਿਰ डेली 2000 ਰੁਪਇਆ ਮਿਲਦੀ ਤੇ ਜਿਹੜੇ ਉੱਪਰ ਖੇਲਦੇ ਨੇ ਕਰੋੜਾਂ ਰੁਪਇਆ ਗਵਰਨਮੈਂਟ ਦਾ ਬੋਰਡ ਖਰਚ ਕਰ ਰਿਹਾ ਗਵਰਨਮੈਂਟ ਤਾਂ ਨਹੀਂ ਖਰਚ ਕਰਦੀ ਹੂੰ ਤੋ ਇਹ ਕਿੰਗ ਸਾਈਜ਼ ਲਾਈਫ ਜਿਹੜੀ ਹੈ ਉਹ ਮਾਰਕੀਟਿੰਗ ਦੀ ਦੇ ਹੈ ਤਾਂ ਹੀ ਇਹ ਇੰਨੀ ਤਰੱਕੀ ਕਰ ਰਹੇ ਨੇ ਔਰ ਬਾਕੀ ਗੇਮਸ ਨੂੰ ਵੀ ਚਾਹੀਦਾ ਕਿ ਉਹ ਵੀ ਮਾਰਕੀਟਿੰਗ ਵਾਲਾਂ ਕਿਉਂਕਿ ਮਾਰਕੀਟਿੰਗ ਦਾ ਹੀ ਜ਼ਮਾਨਾ ਹੈ ਬਿਲਕੁਲ ਫਿਰ ਉਹਨਾਂ ਨੂੰ ਵੀ ਫਾਈਨੈਂਸ ਦੀ ਕਮੀ ਨਹੀਂ ਰਹਿਣੀ ਹਾਂ ਫਿਰ ਉਹ ਵੀ ਚੰਗੀ ਡਾਈਟ ਲੈ ਸਕਣਗੇ ਚੰਗੀਆਂ ਫੈਸਿਲਿਟੀਆਂ ਲੈ ਸਕਣਗੇ ਚੰਗੀ ਤਰੱਕੀ ਕਰ ਸਕਣਗੇ ਸੋ ਆਮ ਆਦਮੀ ਨੂੰ ਵੀ ਹੁਣ ਇੰਨਾਂ ਸਾਰੀਆਂ ਗੱਲਾਂ 'ਚ ਇੰਟਰਸਟ ਲੈ ਕੇ ਖੁਦ ਨੂੰ ਵੀ ਸਪੋਰਟਸ ਵਾਸਤੇ ਤਿਆਰ ਕਰਨਾ ਚਾਹੀਦਾ ਹੈ ਤਾਂਕਿ ਲਾਈਫ ਦੇ ਵਿੱਚ ਵੀ ਉਹ ਫਿਟ ਰਵੇ ਸ਼ਰੀਰ ਉਹਦਾ ਹਮੇਸ਼ਾ ਸਾਥ ਦੇਵੇ ਕਿਉਂਕਿ ਜਦੋਂ ਵੀ ਕਿਸੇ ਕੰਮ ਕਰਨ ਦੇ ਵਿੱਚ ਤੁਹਾਡਾ ਸਰੀਰ ਅੜਚਣ ਬਣਦਾ ਹੈ ਇਹਦਾ ਮਤਲਬ ਤੁਸੀਂ ਫਿੱਟ ਨਹੀਂ ਹੋ ਹੁਣ ਤੁਸੀਂ ਦੇਖੋਗੇ ਜਿਹੜੇ ক্রিকেট ਇੰਨੀ ਪਪੂਲਰ ਹੋ ਗਈ ਹੈ ਕਿ 12-12 ਸਾਲ ਦੇ ਬੱਚੇ ਜਿਹੜੇ ਨੇ ਉਹ ਮਾਪੇ ਖੁਦ ਲੈ ਕੇ ਆਉਂਦੇ ਨੇ ਕਿ ਸਾਡੇ ਬੱਚੇ ਨੂੰ ਜਿਹੜੀ ਇਹ ਕੋਚਿੰਗ ਦਿਓ ਤੁਸੀਂ ਔਰ ਮਾਪੇ ਉਹ ਲੱਗੇ ਇਸ ਪਾਸੇ ਨੇ ਕਿ ਸਾਡਾ ਬੱਚਾ ਜਿਹੜਾ ਹੈ ਉਹ ਕ੍ਰਿਕਟਰ ਬਣ ਜਾਵੇ ਤੇ ਕਹਿੰਦਾ ਕਿ ਇਹ ਕਿਹੜਾ ਰੋਲ ਹੈ ਇਹ ਰੋਲਾ ਟੀਵੀ ਦਾ ਹੈ ਰੋਲਾ ਮਾਰਕੀਟਿੰਗ ਦਾ ਮਾਰਕੀਟਿੰਗ ਦਾ ਹੋਰ ਗੇਮ ਹਾਲ ਕਿਉਂ ਨਹੀਂ ਜਾਂਦੇ ਹੂੰ ਸੋ ਕੋਈ ਵੀ ਗੇਮ ਤੁਸੀਂ ਸਿਲੈਕਟ ਕਰ ਸਕਦੇ ਹੋ ਫਿਟ ਰਹਿਣਾ ਹੈ ਤਾਂ ਕਿ ਸਪੋਰਟਸ ਦੇ ਵਿੱਚ ਤੁਸੀਂ ਫਿਟ ਰਹਿ ਕੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਜ਼ਿੰਦਗੀ ਦੇ ਕਿਸੇ ਵੀ ਫੀਲਡ ਦੇ ਵਿੱਚ ਤਰੱਕੀ ਕਰ ਸਕਦੇ ਹੋ ਜੇ ਜਿੱਥੇ ਤੱਕ ਸਪੋਰਟਸ ਦਾ ਸਵਾਲ ਹੈ ਜਿਸ ਤਰ੍ਹਾਂ ਅਸੀਂ ਸਾਰੀ ਡਿਸਕਸ਼ਨ ਕੀਤੀ ਹੈ ਸਪੋਰਟਸ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਮੁਤਾਬਿਕ ਤੁਰਨਾ ਹੀ ਪਏਗਾ ਮਾਰਕੀਟਿੰਗ ਵੱਲ ਧਿਆਨ ਦੇਣਾ ਹੀ ਪਏਗਾ ਤਾਂ ਕਿ ਫਾਈਨੈਂਸ ਦੀ ਕਮੀ ਨਾ ਰਹੇ ਤੇ ਤੁਸੀਂ ਬਹੁਤ ਅੱਛੇ ਲੈਵਲ ਤੇ ਕੋਈ ਵੀ ਸਪੋਰਟਸ ਕੋਈ ਵੀ ਗੇਮ ਖੇਡ ਸਕੋ ਸਾਡੇ ਵੱਲੋਂ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਡੇ ਨਾਲ ਇਹ ਜਾਣਕਾਰੀ ਇਹ ਇੱਕ ਬੜੀ ਮੁੱਲੀ ਜਾਣਕਾਰੀ ਸਾਂਝੀ ਕੀਤੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਥੈਂਕ ਯੂ ਤੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸਤਿ ਸ੍ਰੀ ਅਕਾਲ